ਬੇਟੇ ਹਜ਼ੂਰ ਦੇ ਪਹਿਲਾਂ ਨੇ, ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਰਵਰਿਸ਼, ਬੀਬੀ ਭਾਨੀ ਨੇ ਆਪਣੇ ਪਿਤਾ ਗੁਰਦੇਵ ਧੰਨ ਗੁਰੂ ਅਮਰਦਾਸ ਦੀ ਸੇਵਾ ਕਰਦਿਆਂ ਸ਼ੁਰੂ ਕੀਤੀ। ਇਹ ਘਟਨਾ ਆਪ ਸਭ ਨੂੰ ਪਤਾ ਹੈ, ਜਿੱਥੇ ਚੁਬਾਰਾ ਸਾਹਿਬ, ਇੱਥੇ ਗੁਰੂ ਅਰਜਨ ਦੇਵ ਦਾ ਬਚਪਨ ਜਿਹੜਾ ਬਤੀਤ ਹੋਇਆ। ਇੱਕ ਦਿਨ ਹਜ਼ੂਰ ਸੱਚੇ ਪਾਤਸ਼ਾਹ ਖੇਡਦੇ ਪਏ ਆ ਬਾਲ ਗੁਰੂ ਸ਼ਬਦ ਵਰਤਾਂ, ਅਤੇ ਰਿੜਦਿਆਂ ਹੋਇਆਂ ਨਾਨਾ ਸਤਿਗੁਰੂ ਗੁਰੂ ਅਮਰਦਾਸ ਮੰਜੇ 'ਤੇ ਨੇ, ਸੂਤਰੀ ਪਲੰਘ ਉਹਦੇ 'ਤੇ ਬੈਠੇ ਆ। ਸੂਤਰੀ ਪਲੰਘ ਆਪਾਂ ਸਮਝਦੇ ਜਿਹਾ ਸੂਤਰ ਨਾਲ ਬੁਣਿਆ ਜਾਂਦਾ ਸੀ, ਅਤੇ ਮਹਾਰਾਜ ਗੁਰੂ ਅਰਜਨ ਦੇ ਬਾਲ ਗੁਰੂ ਉਹਨਾਂ ਨੇ ਉਸ ਪਲੰਘ ਨੂੰ ਹੱਥ ਪਾਇਆ, ਇਸ ਤਰ੍ਹਾਂ ਜਿਵੇਂ ਜ਼ੋਰ ਨਾਲ ਹੱਥ ਮਾਰਿਆ, ਅਤੇ ਉਸ ਪਲੰਘ ਦੇ ਬਾਹੀ ਨੂੰ ਪਕੜ ਕੇ ਜਦੋਂ ਖੜ੍ਹੇ ਹੋਏ ਤਾਂ ਪਲੰਘ ਥੋੜ੍ਹਾ ਜਿਹਾ ਖਿਲਿਆ, ਅਤੇ ਧੰਨ ਗੁਰੂ ਅਮਰਦਾਸ ਜੀ ਨੇ ਨਾ ਬੜੇ ਪਿਆਰੇ ਸ਼ਬਦ ਕਹੇ, ਲਾਡ ਵਿੱਚ ਕਹੇ, ਇਹ ਕੌਣ ਹੈ ਮਹਾਂਪੁਰਖ ਭਾਰੀ ਜਿਹਨੇ ਮੰਜੀ ਸਾਡੀ ਖਿਲਾਈ ਸਾਰੀ। ਇਹ ਲਾਡ 'ਚ ਕਿਹਾ ਨਾ, ਇਹ ਕੌਣ ਹੈ ਮਹਾਂਪੁਰਖ ਭਾਰੀ ਜਿਹਨੇ ਮੰਜੀ ਸਾਡੀ ਖਿਲਾਈ ਸਾਰੀ, ਇਹ ਕਿਹੜਾ ਮਹਾਂਪੁਰਖ? ਕਹਿੰਦੇ ਇੰਨੀ ਦੇਰ ਨੂੰ ਬੀਬੀ ਭਾਨੀ ਜੀ ਆ ਗਏ, ਹੱਥ ਝਾੜ ਕੇ ਪੁੱਤਰ ਨੂੰ ਚੁੱਕਿਆ, ਕਹਿਣ ਲੱਗੇ ਪਿਤਾ ਜੀ ਇਹ ਛੋਟਾ ਦੋਤਾ, ਦੋਤਾ ਜੇ ਦੋਤਾ। ਕਹਿਣ ਲੱਗੇ ਲਿਆ ਮੈਨੂੰ ਗੋਦ 'ਚ ਬਿਠਾ ਦੇ। ਆਪਣੀ ਗੋਦ 'ਚ ਬਿਠਾਇਆ ਅਤੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਨੇ ਭਾਨੀਏ, ਦੋਤੇ ਤਾਂ ਮੇਰੇ ਦੋ ਹੋਰ ਵੀ ਨੇ। ਮੈਂ ਤਾਂ ਆਪ ਨੂੰ ਇਸ਼ਾਰਾ ਕੀਤਾ, ਪਿਰਥੀ ਚੰਦ ਨੂੰ ਕਿਉਂ ਨਹੀਂ ਕਿਹਾ ਬਾਣੀ ਕਾ ਬੋਝ ਥਾ? ਕਿ ਉਹ ਅਜੇ ਬਚਪਨ 'ਚ ਗਏ? ਕਿ ਗੁਰੂ ਅਮਰਦਾਸ ਦੀ ਨਜ਼ਰ 'ਚ ਨਹੀਂ ਲੰਘਿਆ? ਬਾਬਾ ਮਹਾਂਦੇਵ ਜੀ ਨੂੰ ਕਿਉਂ ਨਹੀਂ ਕਿਹਾ? ਉੱਥੇ ਹਜ਼ੂਰ ਕਹਿੰਦੇ ਨੇ ਭਾਨੀਏ, ਇਹ ਕੇਵਲ ਦੋਹਤਾ ਨਹੀਂ, ਦੋਹਤਾ ਬਾਣੀ ਕਾ ਬੋਝ ਥਾ। ਬੱਚੇ ਨੂੰ ਪਲੀਜ਼ ਕੋਈ ਪਕੜ ਲਿਓ ਜਿਨ੍ਹਾਂ ਦਾ ਵੀ ਹੈ, ਕਿਉਂਕਿ ਸੰਗਤ ਵਿੱਚ ਖਲਬਲ ਜੀ ਮਾਦੀ ਹੈ। ਦੋਹਤਾ ਬਾਣੀ ਕਾ ਬੋਝ ਥਾ, ਬੋਝਤੇ ਦਾ ਲਫਜ਼ੀ ਅਰਥ ਹੁੰਦਾ ਜਹਾਜ਼। ਇਹ ਕੇਵਲ ਦੋਹਤਾ ਨਹੀਂ, ਇਹ ਬਾਣੀ ਦਾ ਜਹਾਜ਼ ਹੋਵੇਗਾ। ਅਤੇ ਸੱਚ ਜੇ ਗੁਰੂ ਅਰਜਨ ਦੇ ਬਾਣੀ